ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਚੜ੍ਹਦੀ ਟਾਈਮ ਟੀਵੀ ਤੇ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਾਹਿਬ ਸਿੰਘ ਜੀ ਮਾਰਕੰਡਾ ਵਾਲਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸੰਥਿਆ ਸ੍ਰੀ ਸਹਿਜ ਪਾਠਾਂ ਦੀ ਲਗਾਤਾਰ 3 ਸਾਲਾਂ ਤੋਂ ਚੱਲ ਰਹੀ ਇਸ ਲੜੀ ਵਿੱਚ 5ਵੇਂ ਸ੍ਰੀ ਸਹਿਜ ਪਾਠ ਸੰਪੂਰਨ ਹੋਣ ਦੀ ਖੁਸ਼ੀ ਵਿੱਚ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹਾਨ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ, ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ, ਬੀਬੀ ਬਲਜੀਤ ਕੌਰ ਖਾਲਸਾ ਗੁਰੂ ਨਾਨਕ ਮਿਸ਼ਨ ਕੈਂਡਾ ਵਾਲੇ, ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ, ਮੈਡਮ ਜਸਵਿੰਦਰ ਕੌਰ ਦਰਦੀ ਨੇ ਸ਼ਿਰਕਤ ਕੀਤੀ। ਅੱਜ ਦਾ ਦਿਨ ਖਾਲਸਾ ਪੰਥ ਲਈ ਮਾਣ ਮੱਤਾ ਦਿਨ ਹੈ, ਜਦੋਂ ਕੌਮ ਦੇ ਵਿੱਚ ਜਾਗਰਤ ਪੈਦਾ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਅੱਜ ਸਾਰਾ ਸੰਸਾਰ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ, ਦੁਨੀਆ ਦੇ ਹਰ ਦੇਸ਼ ਵਿੱਚ, ਹਰ ਸ਼ਹਿਰ ਵਿੱਚ, ਹਿੰਦੁਸਤਾਨ ਦੇ ਹਰ ਨਗਰ ਵਿੱਚ, ਹਰ ਥਾਂ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਵੀ ਅਤੇ ਗੈਰ ਸਿੱਖ ਵੀ ਗੁਰੂ ਨਾਨਕ ਨਾਮ ਲੇਵਾ ਬੜੇ ਪਿਆਰ ਅਤੇ ਸ਼ਰਧਾ ਨਾਲ ਸੁਣ ਰਹੇ ਹਨ। 31 ਦਸੰਬਰ 2014 ਨੂੰ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅਰਦਾਸ ਕਰਕੇ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸੰਥਿਆ ਕੀਤੇ ਹੋਏ ਸਹਿਜ ਪਾਠ ਪ੍ਰਾਰੰਭ ਕਰਵਾਏ। ਅਤੇ ਖੁਸ਼ੀ ਵਾਲੀ ਗੱਲ ਹੈ ਕਿ ਸਾਡੀ ਕੌਮ ਦੇ ਮਹਾਨ ਵਿਦਵਾਨ ਜਿਨ੍ਹਾਂ ਉੱਤੇ ਸਤਿਗੁਰ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਉਹਨਾਂ ਨੂੰ ਗੁਰਬਾਣੀ ਦਾ ਗਿਆਨ ਦਿੱਤਾ। ਗੁਰਬਾਣੀ ਦੀ ਵਿਆਕਰਣਕ ਸੂਝਬੂਝ ਅਤੇ ਉਸਦਾ ਸੰਥਿਆ ਕਰਕੇ ਜੋ ਪਾਠ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਜੀ ਨੇ ਕੀਤਾ, ਉਸ ਨਾਲ ਸਾਰੇ ਸੰਸਾਰ ਦੇ ਲੋਕਾਂ ਨੂੰ ਜਿੱਥੇ ਜਿੱਥੇ ਵੀ ਇਹ ਆਵਾਜ਼ ਗੁਰਬਾਣੀ ਦੇ ਕੰਨਾਂ ਵਿੱਚ ਪਈ, ਬਿਨਾਂ ਟਰਾਂਸਲੇਸ਼ਨ ਦੇ ਸਹਿਜ ਪਾਠ ਸੁਣ ਕੇ ਆਪਣੇ ਆਪ ਗੁਰਬਾਣੀ ਨੂੰ ਅੰਡਰਸਟੈਂਡ ਕਰਨ ਦਾ, ਬਾਣੀ ਨੂੰ ਸਮਝਣ ਦਾ ਮੌਕਾ ਮਿਲਿਆ, ਜਿਸ ਨਾਲ ਲੋਕਾਂ ਦਾ ਗੁਰਬਾਣੀ ਵਿੱਚ ਚਿੱਤ ਲੱਗਿਆ, ਗੁਰਬਾਣੀ ਮਿੱਠੀ ਲੱਗੀ ਅਤੇ ਉਹ ਗੁਰਬਾਣੀ ਨੂੰ ਸੁਣ ਕੇ ਬੜੀ ਵੱਡੀ ਗਿਣਤੀ ਵਿੱਚ ਗੈਰ ਸਿੱਖ ਵੀ ਸਹਿਜੇ ਹੀ ਸਿੱਖ ਬਣਨੇ ਸ਼ੁਰੂ ਹੋ ਗਏ। ਇਸ ਸਹਿਜ ਪਾਠ ਨੇ ਜੋ ਜਾਗਰਤੀ ਲਿਆਂਦੀ ਹੈ, ਠੀਕ ਜਦੋਂ ਵੀਰ ਦਰਜੀ ਜੀ ਕਹਿੰਦੇ ਹਨ, ਉਹ ਨਜ਼ਾਰਾ ਮੈਂ ਪੁੰਛ ਵੀ ਜਾ ਕੇ ਦੇਖਿਆ, ਕਸ਼ਮੀਰ ਵੀ ਜਾ ਕੇ ਦੇਖਿਆ, ਬਈ ਸਿੱਖ ਤੇ ਬਾਣੀ ਪੜ੍ਹਦੇ ਸੁਣਦੇ ਨੇ, ਮੁਸਲਮਾਨ ਵੀ ਆ ਕੇ ਮਿਲੇ। ਆਂਦੇ ਗਿਆਨੀ ਜੀ, ਜਬ ਆਪ ਪਾਠ ਕਰਤੇ ਹੈ ਹਮੇ ਬਹੁਤ ਹੀ ਅੱਛਾ ਲੱਗਦਾ, ਤੋ ਮੈਂ ਸਮਝਿਆ ਕਿ ਇਸ ਯਤਨ ਨਾਲ ਅਸੀਂ ਸੱਚਮੁੱਚ ਗੁਰੂ ਅਰਜਨ ਦੇਵ ਜੀ ਦੇ ਉਹਨਾਂ ਬਚਨਾਂ 'ਤੇ ਫੁੱਲ ਚੜ੍ਹਾਏ, ਖਾਵੇਂ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਬਦਲ ਜਾਏ। ਵੱਡੇ ਵੱਡੇ ਵਿਦਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੜੀ ਮਹਿਮਾ ਲਿਖਦੇ ਨੇ, ਗੋਰ ਆਰਨੋਲਡ ਧਿਆਨ ਵੀ, ਮੈਂ ਕੱਲ ਮਿਸ ਮੇਰੀ ਦੀ ਸੁਣ ਲਓ, ਇਸ ਜੁਗੋ ਜੁਗਾ ਟਲ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਗਿਆਨ ਹੈ ਜਿਹੜਾ ਸਾਰਿਆਂ ਨੂੰ ਪ੍ਰੇਮ ਦੀ ਗਲਵਕੜੀ ਵਿੱਚ ਲੈ ਲਵੇਗਾ। ਇਹ ਸਾਰੀ ਬਾਣੀ ਜਿਹੜੀ ਹੈ ਸਾਨੂੰ ਖਾਲਸਾ ਹੀ ਬਣਾਉਂਦੀ ਹੈ, ਸਾਨੂੰ ਪਾਵਨ ਪਵਿੱਤਰ ਕਰਕੇ ਰੱਖ ਰਹੀ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ। ਤੋ ਸਿੰਘ ਸਾਹਿਬ ਜੀ ਸਾਨੂੰ ਖਜ਼ਾਨੇ ਖੋਲ੍ਹ ਖੋਲ੍ਹ ਕੇ ਗਿਆਨੀ ਸਾਹਿਬ ਸਿੰਘ ਜੀ ਦੱਸ ਰਹੇ ਨੇ, ਭਾਈ ਇਹ ਖਜ਼ਾਨਿਆਂ ਵਿੱਚ ਇਹ ਪਰਮਾਤਮਾ ਨੇ 10 ਗੁਰੂਆਂ ਨੇ ਇਸ ਵਿੱਚ ਇਹ ਪਾ ਦਿੱਤਾ, ਇਹਨਾਂ ਨੂੰ ਅਸੀਂ ਬਾਣੀ ਨੂੰ ਮੰਨੀਏ। ਫਿਲਹਾਲ ਖਬਰਾਂ ਦੇ ਇਸ ਬੁਲਟਿਨ 'ਚ ਇੰਨਾ ਹੀ, ਅਗਲੇ ਬੁਲਟਿਨ 'ਚ ਵੀ ਹਾਜ਼ਰ ਹੋਵਾਂਗੇ ਕੁਝ ਹੋਰ ਖਾਸ ਖਬਰਾਂ ਦੇ ਨਾਲ, ਤਦ ਤੱਕ ਲਈ ਇਜਾਜ਼ਤ ਦਿਓ, ਧੰਨਵਾਦ।